डीआईजी की तरफ से पंजाब में चल रहे कर्फ्यू के दौरान फरीदकोट और मोगा जिले में दौरा किया गया। वहीं जानकारी देते हुए एसएसपी मोगा हरमनवीर सिंह गिल द्वारा जानकारी दी गई। उन्होंने कहा कि डीआईजी साहब की तरफ से फरीदकोट और मोगा जिले के कर्फ्यू के दौरान दौरा किया गया है। दोनों जिलों में सभी स्थिति नॉर्मल है। वहीं उन्होंने जानकारी देते हुए कहा कि आगे पंजाब सरकार की तरफ से जो निर्देश मिलेंगे उनका पालन किया जाएगा। और जब पत्रकार द्वारा छूट के बारे में पूछा गया तो उन्होंने कहा कि डिप्टी कमिश्नर मोगा की तरफ से मीटिंग की जा रही है, जल्द इसका फैसला आ जाएगा तो आगे लागू कर दिया जाएगा। पूरी है लोग दिलों अपने आप ही आइसोलेशन जो रखने वाला काम है इनू खुद कोऑपरेट करके सिरे लाने की कोशिश कर रहे हैं। असी तो एक उन्होंने ऑर्गेनाइज कर रहे हैं लोग वॉलंटेरली, क्योंकि उन्होंने पता है भी कि दुनिया के उत्ते कहर वाली बीमारी चली हुई है जिहदा इलाज के वास्ते आइसोलेशन है। इनू चेन नू ब्रेक करने की लोड़ है जी, लोग खुद अगे आके तड़वा रहे हैं। सर जिवें पिंडां दे विच कुछ लोग अजे समझ नहीं रहे गए ते उहदे कोई सोचा, देखो जिथे किते कोई इहो जी गलती हैगी असीं नाल दी नाल उहनूं रिएक्ट करदे आ, उहनां नूं समझाउंदे आ, और जे कोई सख्ती दी लोड़ है कोई किते कानूनी कार्रवाई दी लोड़ है उह वी करदे आ। वैसे मोर ओर लैस जिवें SSP साहब ने पिंड पिंड सारिआं नूं गल करके इह प्रॉब्लम हुण मेरा ख्याल है किते है नहीं गी, जे है तां फिर वी असीं अवेलेबल आ उस नूं उहदे उत्ते एक्ट करन दे लई। ਜਿਵੇਂ ਪੁਲਿਸ ਆਪਦੀ ਡਿਊਟੀ ਬਹੁਤ ਖੂਬੀ ਨਿਭਾ ਰਹੀ ਹੈਗੀ ਆ, ਇਹਨਾਂ ਲਈ ਜਿਹੜੀ ਕੋਈ ਸਪੈਸ਼ਲ ਕੋਈ ਮੈਡੀਸਨ ਜਾਂ ਕੋਈ ਉਸ ਤਰ੍ਹਾਂ ਦੇ ਕੋਈ ਹੈ? ਦੇਖੋ ਪ੍ਰੀਕੋਸ਼ਨਸ ਅਸੀਂ ਇਹਨਾਂ ਨੂੰ ਸਭ ਤੋਂ ਪਹਿਲਾਂ ਟ੍ਰੇਨ ਕੀਤਾ ਐਕਸਪਰਟਸ ਦੇ ਰਾਹੀਂ ਕਿ ਕਿਵੇਂ ਇਸ ਦੇ ਵਿੱਚ ਇਸ ਇਹੋ ਜਿਹੇ ਹਾਲਾਤ 'ਚ ਕੰਮ ਕਰਨਾ ਹੈ। ਦੂਜਾ ਅਸੀਂ ਤਾਂ ਇਸ ਗੱਲ ਨੂੰ ਸੇਵਾ ਸਮਝਦੇ ਹਾਂ ਕਿ ਸਾਡੇ ਹੱਥ ਸੇਵਾ ਲੱਗੀ ਹੈ ਕਿ ਇਸ ਬਿਮਾਰੀ ਤੋਂ ਅਸੀਂ ਅੱਗੇ ਹੋ ਕੇ ਹੈਲਥ ਮਹਿਕਮੇ ਦੇ ਨਾਲ ਰਲ ਕੇ ਕੰਮ ਕਰਕੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਰਲ ਕੇ ਕੰਮ ਕਰਕੇ ਇਹਨੂੰ ਕਾਮਯਾਬੀ ਹਾਸਿਲ ਕਰੀਏ। ਔਰ ਮੈਂ ਤਾਂ ਵੇਖ ਰਿਹਾ ਪਹਿਲੀ ਵਾਰੀ ਤੁਸੀਂ ਵੀ ਸਾਰਾ ਤੁਹਾਡਾ ਸਾਰਾ ਭਾਈਚਾਰਾ ਸਾਡੇ ਮਹਿਕਮੇ ਦੀ ਕਿੰਨੀ ਪ੍ਰੇਜ਼ ਕਰ ਰਹੇ, ਲੋਕਾਂ 'ਤੇ ਅਸੀਂ ਸਖਤੀ ਵੀ ਕਰਦੇ ਹਾਂ ਤਾਂ ਵੀ ਪ੍ਰੇਜ਼ ਹੋ ਰਹੀ ਹੈ। ਇਹ ਪਹਿਲੀ ਵਾਰੀ ਹੈ ਕਰਫਿਊ ਇੱਕ ਅਜੀਬ ਕਿਸਮ ਦਾ ਹੈ ਜਿੱਥੇ ਸਾਰੀ ਸੁਸਾਇਟੀ ਐਜ ਏ ਹੋਲ ਸਾਰੇ ਵਰਗ ਪੁਲਿਸ ਮਹਿਕਮੇ ਦੀ ਔਰ ਜਿਹੜੇ ਇਸ ਆਈਸੋਲੇਸ਼ਨ ਨੂੰ ਲਾਗੂ ਕਰਨ ਦੇ ਲਈ ਕੰਮ ਕਰ ਰਿਹਾ ਉਹਨਾਂ ਦੀ ਸਪੋਰਟ ਕਰ ਰਹੇ ਨੇ। ਪਬਲਿਕ ਵਾਸਤੇ ਸਖਤੀ ਅਤੇ ਪਿਆਰ ਵਾਲਾ ਮੈਸੇਜ? ਦੇਖੋ ਮੈਂ ਸਾਰੇ ਮੁਲਾਜ਼ਮਾਂ ਨੂੰ SSP ਸਾਹਿਬ ਨੇ ਵੀ ਥੱਲੇ ਤੱਕ ਮੈਸੇਜ ਦਿੱਤਾ ਹੈ ਕਿ ਰਵੱਈਆ ਨਰਮੀ ਵਾਲਾ, ਹੁਕਮ ਸਖਤੀ ਵਾਲਾ। ਮੋਗੇ ਜ਼ਿਲ੍ਹੇ ਦੀ ਬਹੁਤ ਵਧੀਆ ਪੁਜੀਸ਼ਨ ਆ ਜੀ, ਲੋਕਾਂ ਦਾ ਬੜਾ ਕੋਆਪਰੇਸ਼ਨ ਆ, ਜਿਵੇਂ DI ਸਾਹਿਬ ਨੇ ਵੀ ਦੱਸਿਆ ਓਵਰਆਲ ਜਿਹੜਾ ਹੈਗਾ ਲੋਕ ਜਿਹੜੇ ਆ ਇਸ ਚੀਜ਼ ਨੂੰ ਸਮਝਦੇ ਆ, ਜਿਹੜੀ ਇਹ ਨਾ ਮੁਰਾਦ ਬਿਮਾਰੀ ਆ ਇਹ ਘਰਾਂ 'ਚ ਰਹਿ ਕੇ ਇਸ ਤੋਂ ਬਚਿਆ ਜਾ ਸਕਦਾ। ਅਸੀਂ ਵੀ ਲੋਕਾਂ ਨੂੰ ਬੜੀ ਜ਼ੋਰ ਨਾਲ ਅਪੀਲ ਕਰਦੇ ਰਹੇ ਹਾਂ ਕਿ ਤੁਸੀਂ ਘਰਾਂ 'ਚ ਰਹੋ, ਕਿਉਂਕਿ ਚਾਈਨਾ ਵਰਗੇ ਮੁਲਕ ਨੇ ਜਿਹਦੇ 'ਚ ਸਾਡੇ ਤੋਂ ਕਿਤੇ ਵੱਧ ਆਬਾਦੀ ਆ, ਉਹਨੇ ਵੀ ਇਸ ਬਿਮਾਰੀ 'ਤੇ ਨਿਜਾਤ ਪਾ ਲਿਆ। ਅਤੇ ਅਸੀਂ ਵੀ ਜੇ ਡੈਡੀਕੇਸ਼ਨ ਦੇ ਨਾਲ ਟੂ ਸਪਿਰਿਟ ਦੇ ਨਾਲ ਸਾਰਿਆਂ ਦੀ ਇੱਕ ਦੂਜੇ ਭਾਈਚਾਰੇ ਕੋਆਪਰੇਸ਼ਨ ਦੇ ਨਾਲ ਲੱਗੇ ਰਹਾਂਗੇ ਅਤੇ ਆਪਾਂ ਇਹਦੇ ਤੋਂ ਜਲਦੀ ਹੀ ਛੁਟਕਾਰਾ ਪਾ ਲਾਂਗੇ। ਸੋ ਇਹਦਾ ਇੱਕੋ ਹੀ ਤਰੀਕਾ ਵਾ ਵੀ ਆਪਾਂ ਆਪਣੇ ਘਰ 'ਚ ਰਹੀਏ, ਬਾਹਰ ਨਾ ਆਈਏ। ਸਰ ਜਿਹੜਾ ਹੈਗਾ ਹੈਲਥ ਡਿਪਾਰਟਮੈਂਟ ਨੂੰ ਜਿਹੜੇ ਰਾਸ਼ਨ ਪਹੁੰਚਾਉਣ ਦੀਆਂ ਕਿਹਾ ਗਿਆ ਹੈਗਾ, ਸਰ ਲੋਕ ਜਿਸ ਤਰ੍ਹਾਂ ਬਾਹਰ ਨਹੀਂ ਆ ਸਕਦੇ ਔਰ ਕਿਉਂ ਕਿਸ ਤਰ੍ਹਾਂ ਮੁਹੱਈਆ ਹੋਏਗਾ ਜੀ? ਦੇਖੋ ਅਸੀਂ ਅੱਜ ਮੈਂ ਹੁਣੇ ਮੀਟਿੰਗ ਕਰਕੇ ਆਇਆ ਵਾਂ, ਜਿਹੜਾ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਆ ਉਹ ਆਪਣੇ ਤੌਰ 'ਤੇ ਵੀ ਉੱਥੇ ਜਿਹੜੇ ਹੈਗੇ ਉਹ ਕਰ ਰਹੇ ਆ। ਅਸੀਂ ਹੁਣ ਇੱਦਾਂ ਕਰ ਰਹੇ ਹਾਂ ਕਿ ਜਿਹੜੇ ਪਿੰਡਾਂ ਦੇ ਨੰਬਰਦਾਰ ਨੇ, ਸੋਰੀ ਮੈਂਬਰ ਪੰਚਾਇਤ ਨੇ, ਅਸੀਂ ਹਰ ਮੈਂਬਰ ਪੰਚਾਇਤ ਦਾ ਜਿਹੜਾ ਇਲਾਕਾ ਜਿਹੜੀ ਉਹਦੀ ਬਿਲਟ ਆ ਮੈਂਬਰ ਪੰਚਾਇਤ ਦੀ, ਉਹਨਾਂ ਤੋਂ ਇੱਕ ਬੰਦਾ ਲਵਾਂਗੇ, ਉਹਨੂੰ ਪਾਸ ਇਸ਼ੂ ਕਰਾਂਗੇ, ਉਹ ਆਪਣੇ ਉਸ ਵਾਰਡ ਦਾ ਰਾਸ਼ਨ ਦੀ ਲਿਸਟ ਲੈ ਲੂਗਾ ਸਾਰਿਆਂ, ਕਿਉਂਕਿ ਆਪਾਂ ਸਾਰਿਆਂ ਨੂੰ ਬਾਹਰ ਤਾਂ ਆਉਣ ਨਹੀਂ ਦੇ ਸਕਦੇ। ਉਹਦੇ ਨਾਲ ਸਾਡਾ ਇੱਕ ਮੁਲਾਜ਼ਮ ਬੈਠ ਜੂਗਾ, ਉਹ ਇੱਥੇ ਸ਼ਹਿਰ ਲਿਆ ਕੇ ਉਹ ਤੋਂ ਸਾਰਾ ਰਾਸ਼ਨ ਜੋ ਵੀ ਉਹਨੇ ਪਰਚੇਜ਼ ਕਰਨਾ ਆਪਦੇ ਨਾਲ ਦਿਆਂ ਦਾ ਤਾਂ ਸਾਰਿਆਂ ਦਾ, ਜਿਹਦੇ ਮੈਂਬਰ ਪੰਚਾਇਤ ਆਪ ਆਉਣਾ ਚਾਹੇ ਤਾਂ ਆਪ ਖੁਦ ਆ ਜੇ, ਉਹ ਆਪਦੀ ਖਰੀਦੋ ਫਰੋਖਤ ਕਰਕੇ ਉਹਨਾਂ ਨੂੰ ਅਸੀਂ ਪਿੰਡ ਛੱਡ ਦਿਆਂਗੇ। ਸੋ 14-15 ਦਿਨਾਂ ਦਾ ਗੱਲ ਆ, ਸਾਰਾ ਕੁਛ ਠੀਕ ਹੋ ਜਾਣਾ। ਸੋ ਇੱਕ ਇਹ ਵੀ ਅਸੀਂ ਜ਼ਰੀਆ ਜਿਹੜਾ ਵਾ ਪੇਂਡੂ ਇਲਾਕੇ 'ਚ ਅਖਤਿਆਰ ਕਰ ਰਹੇ ਹਾਂ। ਮੋਗੇ ਦੇ ਵਿੱਚ ਜਿਹੜਾ ਹੈਗਾ ਉਹ ਸਰਕਾਰੀ ਗੱਡੀਆਂ ਦੇ ਰਾਹੀਂ ਪੈਕਟ, ਮਤਲਬ ਟਮਾਟਰ ਜਿਵੇਂ 1 ਕਿਲੋ ਹੋ ਗਿਆ, 5 ਕਿਲੋ ਚੌਲ ਹੋ ਗਏ, 10 ਕਿਲੋ ਆਟਾ ਹੋ ਗਿਆ, ਇਹੋ ਜਿਹੀਆਂ ਵੈਨਸ ਜਿਹੜੀਆਂ ਉਹ ਚੱਲਣਗੀਆਂ, ਜਿਹੜੀਆਂ ਲੋਕਾਂ ਦੇ ਘਰੇ ਜਾ ਕੇ ਬੈੱਲ ਮਾਰੂਗਾ ਇੱਕ ਬੰਦਾ, ਦੂਸਰਾ ਬੰਦਾ ਜਿਹੜਾ ਹੈਗਾ ਵਾ ਉਹ ਤੋਂ
जो उन्हें टमाटर लेने तो किलो टमाटर ता कि ह्यूमन कंटैक्ट जोड़ा वो घट रहे किलो टमाटर पैकेट होगा पैसे लूगा पैकेट फड़ा दूगा आटा लेना 10 किलो बैग फड़ाऊगा पैसे लेगा सो उत्थे तोला तलाई वाला काम नहीं होगा ये पॉलिसी अं शहर सर जो रेट वगैरह है वो जेनुइन होंगे बिल्कुल जेनुइन सर मेडिकल स्टोर वास्ते की मेडिकल स्टोरस का भी असी जो है वा मेडिकल स्टोरस जिमें जिन्हें भी होस्पिटल ने उन्होंने सारे च अपने अपने मेडिकल स्टोर है प्लस जिहड़ा हुण डिप्टी कमिश्नर साहब इन्हां दी कोई रोटेशन बना रहे आ किन्ने किसे कस्बे दे विच मेडिकल स्टोर ने उन्हां नूं पड़ावार खोलिया जाए मतलब एक दिन एक खुले दूजे दिन दूजा तीजे दिन तीजा तां कि किसे नूं इह ना होवे मेरी विक्री वध गई मेरी घट गई सो अज शाम तक पॉलिसी भी क्लीयर हो जाए पंजाब से विपन ओकारा की रिपोर्ट।